ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਮੇਰੇ ਵੀਰਾਂ ਭੈਣਾਂ ਅਤੇ ਪ੍ਰਬੰਧਕਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਦਾਸ ਬੜੀ ਵੱਡੀ ਵਡਿਆਈ ਦੇ ਗਿਆ ਹੈ। ਬੱਚਾ ਮੇਰਾ ਬੱਚਿਓ 8ਵੀਂ ਕਲਾਸ ਸੀਗਾ ਇਹ ਬੱਚਾ, ਅਤੇ ਮੈਂ ਉਹਨੂੰ ਇੱਕ ਫਰਿੱਜ ਇਨਾਮ ਦਿੱਤਾ ਸੀਗਾ। ਅੱਜ ਤੁਸੀਂ ਵੀ ਕਈ ਬੱਚੇ ਇਨਾਮ ਲੈਣ ਆਏ ਹੋ, ਯਾਗੋ ਇਨਾਮ ਮਿਲਣਗੇ ਤੁਹਾਨੂੰ। ਇਹ ਦੇਖੋ ਕਿੱਥੇ ਪਹੁੰਚ ਗਿਆ ਬੱਚਾ, 3 ਵਾਰੀ ਇੰਗਲੈਂਡ ਹੋ ਆਇਆ ਜੇ। ਸੋ ਬੱਚਿਓ, ਮੈਂ ਆਪ ਖੁਦ ਇੰਗਲੈਂਡ 50 ਸਾਲ ਲਾ ਕੇ, ਦੋਤੇ ਪੋਤੇ ਦੋਤੀਆਂ ਪੋਤੀਆਂ ਮੇਰੇ ਗ੍ਰੈਂਡ ਚਿਲਡਰਨ ਇੰਗਲੈਂਡ 'ਚ ਰਾਜ ਕਰਦੇ ਪਏ, ਇਹ ਤੰਗ ਲੈ ਕੇ ਇਹਨਾਂ ਬੱਚਿਆਂ ਨੂੰ, ਪੰਜਾਬ ਦੇ ਬੱਚਿਆਂ ਨੂੰ ਸਕੂਲਾਂ 'ਚ ਜਾ ਕੇ ਮੈਂ ਦੱਸਦਾ ਵਾਂ, ਅੱਜ ਬਾਬਾ ਜੀ ਕੋਲੋਂ, ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਸਾਨੂੰ ਮੰਗਣ ਦੀ ਜਾਚ ਨਹੀਂ ਆ ਰਹੀ, ਦੇਣ ਵਾਲੇ ਦੇ ਘਰ ਘਾਟਾ ਕੋਈ ਨਹੀਂ ਹੈ। ਸੋ ਬੇਟਾ ਜੀ, ਪਿਛਲੇ 8-9 ਸਾਲਾਂ ਤੋਂ ਪੰਜਾਬ 'ਚ ਮੈਂ ਵਿਚਰਦਾ ਪਿਆ ਵਾਂ, ਇੱਕ ਤੰਗ ਲੈ ਕੇ, ਸੰਤ ਬਾਬਾ ਬਣ ਕੇ ਨਹੀਂ, ਪ੍ਰਚਾਰਕ ਬਣ ਕੇ ਨਹੀਂ, ਮੈਨੂੰ ਆਉਂਦਾ ਜਾਂਦਾ ਕੁਛ ਨਹੀਂ, ਮੈਂ ਸਿੱਖਦਾ ਵਾਂ, ਬਲਕਿ ਇਹੋ ਜਿਹੇ ਪਿਆਰੇ ਪਿਆਰੇ ਬੱਚਿਆਂ ਕੋਲੋਂ ਮੈਂ ਬਹੁਤ ਕੁਛ ਸਿੱਖਦਾ ਵਾਂ। ਪਰ ਇਹ ਮੈਨੂੰ ਮਾਣ ਦਿੰਦੇ ਆ, ਇਹਨਾਂ ਨੇ ਮੈਨੂੰ ਕਹਿ ਤਾ ਮੁੱਖ ਸੇਵਾਦਾਰ। ਬੇਟੇ, ਮੈਨੂੰ ਕੁਛ ਨਹੀਂ ਜੀ ਆਉਂਦਾ, ਬਸ ਮੇਰੀ ਇੱਕੋ ਹੀ ਤੰਗ ਹੈ ਕਿ ਜਿੰਨੇ ਮੇਰੇ ਸਾਹ ਬਾਕੀ ਆ ਨਾ, ਇਹਨਾਂ ਬੱਚਿਆਂ 'ਤੇ ਲਾਉਣੇ ਆ। ਮੈਂ ਇਹਨਾਂ ਬੱਚਿਆਂ ਨੂੰ ਮੈਂ ਦੱਸਾਂ ਬਾਈ, ਕਿਉਂਕਿ ਮੈਂ ਵੀ ਇੰਡੀਆ 'ਚ 12ਵੀਂ ਤੱਕ ਪੜ੍ਹਾਈ ਕੀਤੀ ਸੀਗੀ, ਮੈਂ 20-21 ਸਾਲ ਦਾ ਸੀ ਇੰਗਲੈਂਡ ਚਲ ਗਿਆ ਸੀਗਾ। ਔਰ ਬੱਚਿਓ, ਮੈਂ ਵੀ ਜ਼ਿੰਦਗੀ ਕੋਈ ਬਣਨਾ ਚਾਹੁੰਦਾ ਸੀਗਾ, ਪਰ ਸਾਡੇ ਮਾਤਾ ਪਿਤਾ ਛੋਟੀ ਉਮਰ ਤੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਵੀ ਜੋੜਦੇ ਸੀਗੇ। ਪਰ ਪਿਛਲੇ 50 ਸਾਲ ਤੋਂ ਮੈਂ ਇੰਡੀਆ ਆਉਂਦਾ ਸੀ, ਇਹ ਬੱਚਿਆਂ ਦੇ ਮਾਤਾ ਪਿਤਾ ਭੁੱਲ ਗਏ, ਵਿਚਾਰੇ ਭੁੱਲ ਗਏ, ਭੁੱਲ ਜਾਂਦਾ ਇਨਸਾਨ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ। ਅਤੇ ਕੋਈ ਗੱਲ ਨਹੀਂ, ਮੈਂ ਸਕੂਲਾਂ ਕਾਲਜਾਂ 'ਚ ਬੱਚਿਆਂ ਨੂੰ ਜਾ ਕੇ ਦੱਸਦਾ ਬਾਈ, 15 ਮਿੰਟ ਰੋਜ਼ ਦਾ ਜੇ ਜਪਜੀ ਸਾਹਿਬ ਦਾ ਪਾਠ ਕੀਤੇ ਬਗੈਰ ਸਕੂਲ ਜਾਂਦੇ ਸੀ ਨਾ, ਅਸੀਂ 6 ਭੈਣ ਭਰਾ ਹੁੰਦੇ ਸੀਗੇ, ਅੱਜ 6ੋਂ ਅਸੀਂ ਹੈਗੇ ਹਾਂ, ਅਤੇ ਸਾਨੂੰ ਕੁੱਟ ਪੈਂਦੀ ਸੀ ਜੇ ਜਪਜੀ ਸਾਹਿਬ ਦਾ ਪਾਠ ਕੀਤੇ ਬਗੈਰ ਸਕੂਲ ਜਾਈਏ, ਕਿਉਂਕਿ ਸਾਡੇ ਮਾਤਾ ਪਿਤਾ ਉਹ ਗੁਰੂ ਜੀ ਦਾ ਹੁਕਮ ਮੰਨਦੇ ਸੀ। ਸਾਡੇ ਗੁਰੂ ਜੀ ਨੇ 4 ਲਾਲ ਵਾਰ ਕੇ ਇੱਕ ਹੁਕਮ ਦਿੱਤਾ ਸੀਗਾ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਜੀ ਦਾ ਹੁਕਮ ਸੀਗਾ, ਸਾਡੇ ਮਾਤਾ ਪਿਤਾ ਹੁਕਮ ਮੰਨਦੇ ਸੀ, ਤੁਹਾਡੇ ਮਾਤਾ ਭੁੱਲ ਗਏ। ਅਤੇ ਮੈਂ ਬੱਚਿਆਂ ਨੂੰ ਸਕੂਲਾਂ 'ਚ ਜਾ ਕੇ ਕਹਿੰਦਾ ਵਾਂ, ਕੋਈ ਗੱਲ ਨਹੀਂ, ਜੇ ਉਹ ਭੁੱਲ ਗਏ ਤਾਂ ਮੈਂ ਤੁਹਾਡਾ ਦਾਦਾ ਜੀ ਨਾਨਾ ਜੀ ਬਣ ਕੇ ਆਇਆ ਵਾਂ, ਮੇਰੇ ਬੱਚੇ ਮੇਰੇ ਬੱਚਿਆਂ ਦੇ ਬੱਚੇ ਰਾਜ ਕਰ ਰਿਹਾ, ਉਹਨਾਂ ਨੂੰ ਵੀ ਮੈਂ ਇਹੀ ਕੁਝ ਸਿਖਾਇਆ, ਇੱਕ 15 ਮਿੰਟ ਰੋਜ਼ ਦਾ ਪਾਠ ਕਰੋ, ਵਿਚਾਰ ਕੇ ਕਰੋ, ਜਿਵੇਂ ਸਕੂਲ ਦੀ ਪੜ੍ਹਾਈ ਵਿਚਾਰ ਕੇ ਕਰਦੇ ਹੋ, ਤੁਸੀਂ ਪਾਸ ਹੋ ਕੇ ਇੱਕ ਦਿਨ ਡਾਕਟਰ ਇੰਜੀਨੀਅਰ ਅਤੇ ਅਫਸਰ ਬਣ ਜਾਂਦੇ ਹੋ। ਅਤੇ ਇਸ ਤਰ੍ਹਾਂ ਹੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਅਸੀਂ ਇੱਕ ਅੱਛੇ ਇਨਸਾਨ ਬਣ ਸਕਦੇ ਹਾਂ, ਔਰ ਅੱਛੇ ਇਨਸਾਨ ਨੂੰ ਪਰਮਾਤਮਾ ਸਭ ਕੁਝ ਦਿੰਦਾ ਹੈ। ਮੇਰੀ ਕਹਾਣੀ ਹੈ ਭਿਖਾਰੀ ਤੋਂ ਰਾਜਾ। 2ਵੀਂ ਕਲਾਸ 'ਚ ਪੜ੍ਹਦਾ ਸੀਗਾ, ਇੱਕ ਤੀਲੇ ਵਾਲੀ ਗੋਲੀ ਮੇਰਾ ਦੋਸਤ ਚੂਸਦਾ ਸੀ, ਅਤੇ ਮੈਂ ਉਹਦਾ ਮੂੰਹ ਦੇਖਦਾ ਰਹਿੰਦਾ ਸੀ। ਅੱਜ ਮੇਰੇ ਕੋਲ ਆਪਣਾ ਹਵਾਈ ਜਹਾਜ਼, ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਰਾਜੇ ਮਹਾਰਾਜੇ ਚਲਾਉਂਦੇ। ਬੱਚਿਓ, ਮੈਂ ਆਪਣੀ ਮੀਰੀ ਦੱਸੇ ਨਹੀਂ ਜੀ ਆਇਆ, ਤੁਹਾਡਾ ਧਿਆਨ ਮੇਰੀ ਮੀਰੀ ਵੱਲ ਜਾਂਦਾ ਹੋਏਗਾ। ਪੈਸਾ ਸਭ ਕੁਛ ਨਹੀਂ ਹੈ, ਪੈਸੇ ਬਿਨਾਂ ਵੀ ਗੱਲ ਨਹੀਂ ਹੈ। ਕੌਣ ਤੁਹਾਨੂੰ ਕਹਿੰਦਾ ਤੁਸੀਂ ਇੰਗਲੈਂਡ, ਅਮਰੀਕਾ, ਕੈਨੇਡਾ, ਯੂਰਪ ਦੇ 32 ਮੁਲਕ ਤੁਸੀਂ ਕਿਉਂ ਨਹੀਂ ਜਾ ਸਕਦੇ? ਵਾਧੂ ਪੜ੍ਹਾਈ ਕਰੋ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ 15 ਮਿੰਟ ਵਾਲੀ ਪੜ੍ਹਾਈ ਨਾਲ ਲਾ ਲਓ। ਇਹ ਸਾਰਾ ਕੁਝ ਮੈਂ ਤੁਹਾਡੇ ਸਕੂਲਾਂ 'ਚ ਆ ਕੇ ਦੱਸਾਂਗਾ। ਬੇਟਾ ਜੀ, ਤੁਹਾਨੂੰ ਪੜ੍ਹਾਈ ਲਈ ਪੈਸੇ ਚਾਹੀਦੇ ਹੈ। ਅੱਜ 2000 ਬੱਚਿਆਂ ਦੀਆਂ ਮੈਂ ਫੀਸਾਂ ਦੇ ਰਿਹਾ ਵਾਂ, ਜਿਹੜਾ ਬੱਚਾ 70-80% ਨੰਬਰ ਲੈ ਕੇ ਆਏਗਾ, ਅਸੀਂ ਉਹਨਾਂ ਬੱਚਿਆਂ ਦੀਆਂ ਪੜ੍ਹਾਈਆਂ ਵੀ ਕਰਾਵਾਂਗੇ। ਕੱਲ੍ਹ ਇੱਕ ਬੱਚੀ ਮੇਰੀ 5 ਸਾਲ ਤੋਂ ਗੁਰਮਤਿ ਪਾਠ ਕਰਦੀ ਹੋਈ ਔਰ ਸਕੂਲ ਕਾਲਜ ਦੀ ਪੜ੍ਹਾਈ ਕਰਦੀ ਹੋਈ ਕੈਨੇਡਾ ਪਹੁੰਚ ਗਈ, ਕੱਲ੍ਹ ਸਵੇਰੇ ਪਹੁੰਚ ਗਈ, ਔਰ ਆਡੀਓ ਉਹ ਕੀ ਵੱਡਾ ਮੀਡੀਆ ਦਾ ਕੋਰਸ ਕਰਨ ਜਾ ਰਹੀ ਹੈ ਬੱਚੀ ਮੇਰੀ, ਔਰ ਤੁਹਾਨੂੰ ਦਿਖਾਵਾਂਗੇ ਸਾਰੀਆਂ ਫੋਟੋਆਂ ਉਹਦੇ 'ਤੇ ਆ ਰਹੀਆਂ ਸੋਸ਼ਲ ਮੀਡੀਆ ਉੱਤੇ। ਸੋ ਮੈਂ ਉਹਨਾਂ 'ਚੋਂ ਇੱਕ ਹੈਗਾ, ਜੇ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਹੋਣਾ, ਮੈਂ ਇੰਗਲੈਂਡ ਗਿਆ ਸੀ, ਅੰਗਰੇਜ਼ ਕਹਿੰਦੇ ਸੀ ਦਾੜੀ ਕੱਟ ਕੇ ਆ, ਪਗੜੀ ਲਾ ਕੇ ਆ, ਤਾਂ ਨੌਕਰੀ ਮਿਲੇਗੀ। ਮੈਂ ਕਦੀ ਦਾੜੀ ਕੇਸ ਨਹੀਂ ਕਟਵਾਏ ਬੱਚਿਓ, ਕਿਉਂਕਿ ਗੁਰੂ ਦਾ ਹੁਕਮ ਮੰਨਣਾ। ਅੱਜ 93 ਅੰਗਰੇਜ਼ ਮੇਰੇ ਬੇਟੇ ਕੋਲ ਕੰਮ ਕਰ ਰਿਹਾ। ਬੱਚਿਓ, ਇਹ ਕਿਹੜੀ ਸ਼ਕਤੀ ਆ ਪਿੱਛੇ? ਪਰਮਾਤਮਾ ਦੀ ਸ਼ਕਤੀ। ਗੁਰੂ ਗੋਬਿੰਦ ਸਿੰਘ ਨੇ 4 ਲਾਲ ਐਵੇਂ ਨਹੀਂ ਸੀ ਜੇ ਵਾਰੇ ਮੇਰੇ ਬੱਚਿਓ। ਅੱਜ ਤੁਸੀਂ ਥੋੜ੍ਹਾ ਧਿਆਨ ਦੇਣਾ ਇਹ ਗੁਰੂ ਗ੍ਰੰਥ ਸਾਹਿਬ। ਬੇਟੇ, ਤੁਸੀਂ 15 ਮਿੰਟ ਰੋਜ਼ ਦਾ ਪਾਠ ਸ਼ੁਰੂ ਕਰੋਗੇ, ਤੁਹਾਡੇ ਘਰਾਂ 'ਚ ਬਦਲਾਅ ਆਉਣੇ ਸ਼ੁਰੂ ਹੋ ਜਾਣਗੇ। ਉਹ ਬੱਚੇ ਅੱਜ ਕੁਝ ਬੱਚੇ ਇੱਥੇ ਆਏ ਹੋਏ ਆ ਆਪਣਾ ਤਜਰਬਾ ਦੱਸਣਗੇ। ਸੋ ਮੈਂ ਇੱਥੇ ਤੱਕ ਹੀ ਕਹਿੰਦਾ ਹੋਇਆ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹਾਂ ਮੇਰੇ ਬੱਚਿਓ, ਤੁਸੀਂ ਅਗਰ ਤੁਹਾਡੇ ਘਰਾਂ 'ਚ ਇੱਦਾਂ ਸੁੱਖ ਆਉਣ ਲੱਗ ਪਏ, ਤਾਂ ਮੇਰੀ ਇੱਕ ਬੇਨਤੀ ਹੈ, ਕਿਉਂਕਿ ਪਤਾ ਨਹੀਂ ਮੈਂ ਕੱਲ੍ਹ ਹੈ ਕਿ ਨਹੀਂ, ਆਓ ਆਪਾਂ ਰਲ ਕੇ ਉਹਨਾਂ ਬੱਚਿਆਂ ਨੂੰ ਵੀ, ਭੁੱਲਿਆਂ ਨੂੰ ਵਾਪਸ ਲੈ ਕੇ ਆਈਏ। ਮੰਮੀ ਪਾਪਾ ਨੂੰ ਵੀ ਸਮਝਾਈਏ ਬਈ, ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਖਾਲੀ ਮੱਥਾ ਨਹੀਂ ਟੇਕਣਾ, ਅਸੀਂ ਇਹਨੂੰ ਪੜ੍ਹਨਾ ਸੀਗਾ, ਅਸੀਂ ਭੁੱਲ ਗਏ। ਆਪਾਂ 1 ਅੰਗ ਰੋਜ਼ ਦਾ ਪੜ੍ਹ ਲਈਏ, 2 ਅੰਗ ਰੋਜ਼ ਦੇ ਪੜ੍ਹ ਲਈਏ, ਪਰ ਪੜ੍ਹੀਏ ਵਿਚਾਰ ਵਿਚਾਰ ਕੇ। ਜਿੱਥੇ ਗੁਰੂ ਜੀ ਕਹਿੰਦੇ ਆ ਕੰਮ ਨਹੀਂ ਕਰਨਾ, ਫਿਰ ਨਹੀਂ ਕਰਨਾ, ਜਿੱਥੇ ਕਹਿੰਦੇ ਆ ਕੰਮ ਕਰਨਾ ਅਤੇ ਕਰਨਾ। ਅਤੇ ਜਦੋਂ ਤੁਸੀਂ ਗੁਰੂ ਜੀ ਦਾ ਕਹਿਣਾ ਮੰਨੋਗੇ ਨਾ, ਇਹ ਮੈਂ ਤੁਹਾਡੇ ਸਾਹਮਣੇ ਰੋਲ ਮਾਡਲ ਖੜਾ, ਜੇ ਮੈਂ ਕਹਿਣਾ ਮੰਨਿਆ ਸੀ, ਜੋ ਮੰਗੇ ਠਾਕੁਰ ਆਪਣੇ 'ਤੇ,
ਘਰ ਮੰਗਿਆ ਘਰ ਮਿਲ ਗਿਆ, ਕਾਰ ਮੰਗੀ ਕਾਰ ਮਿਲ ਗਈ, ਕਾਰੋਬਾਰ ਮੰਗਿਆ ਕਾਰੋਬਾਰ ਮਿਲ ਗਿਆ, ਸ਼ਾਦੀ ਹੋ ਗਈ ਬੇਟਾ ਚਾਹੀਦਾ ਸੀ ਬੇਟਾ ਮਿਲ ਗਿਆ, ਬੇਟੀ ਚਾਹੀਦੀ ਬੇਟੀ ਮਿਲ ਗਈ। ਔਰ ਇੱਕ ਦਿਨ ਆ ਗਿਆ ਮੈਂ ਭਿਖਾਰੀ ਤੋਂ ਰਾਜਾ ਬਣ ਗਿਆ। ਦੂਜੀ ਕਲਾਸ ਵਿਚਕਾਰ ਮੈਂ ਇੱਕ ਭਿਖਾਰੀ ਸੀ, ਮੇਰਾ ਦੋਸਤ ਤੀਲੇ ਵਾਲੀ ਗੋਲੀ ਚੂਸਦਾ ਸੀ, ਮੈਂ ਉਹਦਾ ਮੂੰਹ ਦੇਖਦਾ ਸੀ। ਅੱਜ ਜੋ ਕੁਝ ਰਾਜਿਆਂ ਮਹਾਰਾਜਿਆਂ ਕੋਲ ਹੁੰਦਾ ਮੇਰੇ ਕੋਲ ਹੈ, ਪਰ ਬੱਚਿਓ ਮੈਂ ਅੱਜ ਉਹ ਵੀ ਛੱਡ ਕੇ ਆ ਗਿਆ। ਉਸ ਤੋਂ ਵੱਡਾ ਸੁੱਖ ਮਾਣ ਰਿਹਾ ਮੈਂ, ਇਹ ਹੁਣ ਮਾਣ ਰਿਹਾ, 5 ਕਰੋੜ ਦੀ ਕਾਰ ਵੀ ਛੱਡਤੀ, ਆਪਣਾ ਹਵਾਈਆ ਵੀ ਛੱਡਤਾ, ਆਪਣਾ ਮਹਿਲ ਵੀ ਛੱਡਤਾ। ਇਹ ਪਿਆਰੇ ਪਿਆਰੇ ਬੱਚੇ ਜਦੋਂ ਦੇਖਦਾ ਨਾ, ਇੰਨੇ ਧਿਆਨ ਨਾਲ ਮੇਰੀਆਂ ਗੱਲਾਂ ਸੁਣਦੇ ਹੈ, ਅਤੇ ਪਾਠ 15 ਮਿੰਟ ਵਾਲਾ ਮੈਂ ਅਜੇ ਵੀ ਕਰਦਾ ਵਾਂ, ਉਹਦੇ 'ਚ ਲਿਖਿਆ ਹੋਇਆ, ਉਸ ਤੋਂ ਵੱਡਾ ਸੁੱਖ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲਈਏ। ਸੋ ਮੈਨੂੰ ਸੁੱਖ ਮਿਲਦਾ ਹੈ, ਦੇਖਿਆ ਬੱਚੇ ਕਿੰਨੇ ਧਿਆਨ ਨਾਲ ਮੇਰਾ ਗੱਲਾਂ ਸੁਣਦੇ ਹੈ, ਫਿਰ ਬੱਚੇ ਮੰਨ ਜਾਂਦੇ ਹੈ ਔਰ ਪਾਠ ਕਰਨ ਲੱਗ ਪੈਂਦੇ ਹੈ। ਜਿੱਥੇ ਪਾਠ ਕਰਨਾ ਹੈ ਉੱਥੇ ਵਾਧੂ ਪੜ੍ਹਾਈ ਕਰਨੀ ਹੈ, 90-95% ਮਾਰਕਸ ਲੈ ਕੇ ਆਓ। ਜਦ ਤੱਕ ਮੈਂ ਜਿੰਦਾ ਵਾਂ ਤੁਹਾਨੂੰ ਇੰਗਲੈਂਡ, ਅਮਰੀਕਾ, ਕੈਨੇਡਾ, 5-5 ਲੱਖ ਦੀਆਂ ਨੌਕਰੀਆਂ ਤੁਹਾਡੀਆਂ ਤਿਆਰ ਪਈਆਂ ਜੇ, ਮੈਂ ਭੇਜਾਂਗਾ ਤੁਹਾਨੂੰ ਮੇਰੇ ਬੱਚਿਓ। ਸੋ ਇੰਨਾ ਕੋਈ ਕਹਿੰਦੇ ਹੋਏ ਫਿਰ ਮੈਂ ਤੁਹਾਡੇ ਸਕੂਲਾਂ 'ਚ ਆ ਕੇ ਬੱਚਿਓ ਮਿਲਾਂਗਾ। ਸੋ ਆਪਾਂ ਇਸ ਸਮਾਗਮ ਨੂੰ ਆਰੰਭਤਾ ਕਰੀਏ, ਸ਼ੁਰੂ ਕਰੀਏ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਂ, ਅਤੇ ਇਸ ਵੀਰ ਦਾ ਖਾਸ ਕਰਕੇ ਜਿਹਨੇ ਇਹ ਸਾਰਾ ਕੁਝ ਕੀਤਾ। ਇਕੱਲਾ ਬੱਚਾ ਦੇਖ ਲਓ ਲੱਗਾ ਪਿਆ ਕਿੰਨੇ ਚਿਰਾਂ ਤੋਂ, ਗੁਰੂ ਸਾਹਿਬ ਨੂੰ ਹੋਰ ਚੜ੍ਹਦੀਆਂ ਕਲਾ ਲੈ ਕੇ ਜਾਣ। ਇੰਨਾ ਕਹਿੰਦੇ ਹੋਏ ਇਹਦੇ ਨਾਲ ਨਾਲ ਜਿਹੜੇ ਵੀਰ ਜੀ ਨੇ ਮੈਨੂੰ ਇਹ ਸਾਨੂੰ ਦਿੱਤਾ ਸਹਿਯੋਗ ਸਾਰਾ, ਨਹੀਂ ਤਾਂ ਇਹ ਵਡਿਆਈਆਂ ਸਿਰਫ ਸਾਡੇ ਜੋਗੀਆਂ ਮੇਰੇ ਜੋਗੀਆਂ, ਇਹਨਾਂ ਦੇ ਬਿਨਾਂ ਕੁਛ ਨਹੀਂ ਹੋ ਸਕਦਾ ਸੀਗਾ। ਗੁਰੂ ਸਾਹਿਬ ਇਹਨਾਂ ਸਾਰਿਆਂ ਨੂੰ ਚੜ੍ਹਦੀਆਂ ਕਲਾ ਲੈ ਕੇ ਜਾਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀਰਾਂ ਨੇ ਬਹੁਤ ਸਹਿਯੋਗ ਦੇ ਰਿਹਾ, ਮੈਂ ਦੇਖ ਰਿਹਾ। ਸੋ ਫਤਿਹ ਬੁਲਾਉਣਾ ਵਾਂ, ਆਓ ਆਪਾਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।